बचन बस जीना, गुर का बचन बस जीना। गुर का बचन बस जीना, बचन बस जीना। जल नहीं डूबे तस्कर नहीं लेवे, जल नहीं डूबे कर नहीं लेवे, पाहे ना साके जाले, पाहे ना साके जाले। गुरका बचन बस जीना, बचन बस सिमर सुख पाओ, सिमरो सिमर सुख पाओ, सांस सांस समाले, सांस सांस समाले। गुर का बचन बस लोक पर लोक संग सहाय, ए लोक पर लोक संग सहाय, जात कात मोहे रखवाले, जात कात मोहे। निर्तन को तन अंगले को टिक, निर्तन को तन अंगले को टिक, मात दूध जैसे बाले, मात दूध जैसे बाले। गुरका वचन बस
अगर मैं बोही तो आयो हनुमान के सागर में आयो हनुमान परी कृपा कृपा ने परी कृपा सम्मान योग सत्संग जनों कीर्तन की समाप्ति है जी। भुल चुक की खेवा मैं अज जो विशा लिया है बड़ा गंभीर है विशा। सतगुरु सानू सिखाते हैं कि मैं अपनी स्वय पड़चोल करा। स्वय पड़चोल अपने आप नू जानना, अपने आप नू समझना, मैं की कीता है, की कर रहा, मेरे कर्म कहो जे। मैं बाणी पढ़दा सतगुरां दे बचन ना सारे अपन जिहड़े गायन कीते पढ़े ते साहिबां ने उस मालक दे चरणां च जदों अरदास कीती किन्ने गुनाह गिण के दस दिते मैं इस तरह दा गुनाहगार। सतगुरां दी बाणी है ना जी। जे साहिब दरगाही बाणी का गायन करदे हां अपने गुनाह देखते हैं, स्वय प्रचोल करते हाँ करते ने आपां कहते पाणी हार हाँ जी। है ना, गुरु साहब कहते मेरे विच इन्ने गुनाह हैं, मैं इन्ने औगुण करदा हाँ, तो सानू तो जी ये भी नहीं समझ पई सिखी है की तो असी की हाँ, जो सिख बन गए कि नहीं बने। सिखी सिख्या गुर विचार, गुरु की विचारधारा जब तक अंदर नहीं वसदी तद तक अपना सिख नहीं अखवा सकते। गुरु की विचार की है वो अज विशा मैं लिया है कि मैं स्वय प्रचोल करा, मैं की कर रहा हाँ, मैं कितने हाँ। ये जो सतगुरां दी बाणी है ना सानू सिखाउण वास्ते जीवन जा सिखाउंदी है। मैं अपने आप नूं देखां, अक्सर असं दूसरां दे गुनाह देखदे हां, अपना आपां कोई भी नहीं देखदा, पर सतगुरां दा विहड़ा बड़ा खुला है। साहिब सानू एक गल सिखाउंदे हन, कहिंदे कै हम नहीं चंगे बुरा नहीं कोई। अपना नज़रिया इस तरह का रख कि तैनू कोई बुरा ना दिखाई देवे, जे कि बुराई है तो अपने विच देख। ये जीवन जा सिखाते हैं सतगुरु। फिर अरदास करनी भी सिखाते हैं,
ਕਹਿੰਦੇ ਅਬ ਕੀ ਬਾਰ ਬਖਸ਼ ਬੰਦੇ ਕੋ ਬਵਰ ਨਾ ਪਵਜਲ ਫੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਵਰ ਨਾ ਪਵਜਲ ਫੇਰਾ, ਹੇ ਮੇਰੇ ਮਾਲਕ ਇਸ ਜਨਮ ਦੇ ਵਿੱਚ ਮੇਰਾ ਛੁਟਕਾਰਾ ਹੋ ਜਾਵੇ। ਖੇਤ ਹੀ ਕਰੋ ਨਵੇਰਾ ਇਸੇ ਹੀ ਜਨਮ ਵਿੱਚ। ਭਗਤ ਰਵਿਦਾਸ ਜੀ ਦਾ ਵੀ ਇੱਕ ਬਚਨ ਬੜਾ ਕਮਾਲ ਦਾ ਹੈ, ਉਹ ਕਹਿੰਦੇ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਹਾਡੇ ਲੇਖੇ। ਇਸ ਦਾ ਮਤਲਬ ਮਿਲਾਪ ਹੁੰਦਾ ਰਿਹਾ, ਵਿਛੋੜਾ ਪੈ ਜਾਂਦਾ ਰਿਹਾ, ਫਿਰ ਇਸ ਜਨਮ ਵਿੱਚ ਕਹਿੰਦੇ ਮੇਰੇ ਮਾਲਕ ਮੈਂ ਇਹ ਜਨਮ ਵੀ ਤੈਨੂੰ ਸਮਰਪਿਤ ਕੀਤਾ, ਹੁਣ ਮੈਨੂੰ ਬਖਸ਼ ਦੇ, ਹੁਣ ਮੈਨੂੰ ਅੱਗੇ ਜਨਮ ਨਾ ਲੈਣਾ ਪਵੇ, ਤੇਰੇ ਨਾਲ ਮਿਲਾਪ ਹੋ ਜਾਵੇ, ਜੋਤ ਵਿੱਚ ਜੋਤ ਰਲ ਜਾਵੇ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਤੋ ਸਾਹਿਬਾਂ ਨੇ ਫਿਰ ਬਖਸ਼ਿਸ਼ ਕੀਤੀ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕਿਆ ਜਲ ਹੈ। ਸ਼ਬਦ ਨਾਲ ਜੁੜ, ਸ਼ਬਦ ਹਿਰਦੇ ਵਿੱਚ ਵਸਾ, ਇੱਕ ਕਮਾਲ ਦਾ ਧਨ ਹੈ, ਐਸਾ ਧਨ ਹੈ ਜਿਸ ਨੂੰ ਜਿਹੜਾ ਪਾਣੀ ਵਿੱਚ ਡੁੱਬ ਨਹੀਂ ਸਕਦਾ, ਚੋਰ ਇਸ ਨੂੰ ਲੁੱਟ ਨਹੀਂ ਸਕਦਾ, ਅੱਗ ਇਸ ਨੂੰ ਸਾੜ ਨਹੀਂ ਸਕਦੀ। ਇਹ ਗਿਆਨ ਰੂਪੀ, ਇਹ ਸ਼ਬਦ ਰੂਪੀ ਜੋ ਸਾਨੂੰ ਖਜ਼ਾਨਾ ਬਖਸ਼ਿਆ ਹੈ ਨਾ ਜੀ ਸਤਿਗੁਰਾਂ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਿੱਖ ਦੀ ਖੁਸ਼ਕਿਸਮਤੀ ਹੈ। ਸਿੱਖ ਬੜਾ ਵਡਭਾਗਾ ਹੈ ਕਿ ਸਾਨੂੰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ। ਕੱਲ੍ਹ ਦਾ ਦਿਨ ਬੜਾ ਸਾਡੀ ਜ਼ਿੰਦਗੀ ਦਾ ਅਹਿਮ ਦਿਨ ਹੈ, ਸਿੱਖ ਪੰਥ ਦੇ ਜੋ ਇਤਿਹਾਸ ਹੈ ਸੁਨਹਿਰੀ ਪੰਨਿਆਂ ਦੇ ਵਿੱਚੋਂ ਇੱਕ ਇਹ ਪੰਨਾ ਹੈ। ਇਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਜਿਹੜਾ ਗੁਰੂ ਨਾਨਕ ਪਿਤਾ ਜੀ ਨੇ ਬੂਟਾ ਲਗਾਇਆ ਸੀਗਾ ਉਸ ਨੂੰ ਫਲਦਾਰ ਬਣਾ ਦਿੱਤਾ, ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਸੀ ਉਸ ਨੂੰ ਸੰਪੂਰਨ ਰੂਪ ਦੇ ਦਿੱਤਾ, ਸਿੱਖ ਤੋਂ ਸਿੰਘ ਬਣਾ ਦਿੱਤਾ, ਇੱਕ ਨਵੀਂ ਪਿਰਤ ਪਾ ਦਿੱਤੀ ਤਾਂ ਕਿ ਅੱਗੇ ਜਾ ਕੇ ਡੰਮ ਪੁਣਾ ਨਾ ਚੱਲ ਪਵੇ। ਪਰ ਹੋ ਰਿਹਾ ਇਸ ਤਰ੍ਹਾਂ ਦਾ, ਅਜੇ ਮੁੱਕਿਆ ਨਹੀਂ ਕੰਮ। ਉਹ ਸੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ। ਪਹਿਲੇ ਜੋ ਰੀਤ ਸੀ, ਜੋ ਰਿਵਾਜ਼ ਸੀ, ਉਹ ਸੀ ਚਰਨਾਮ੍ਰਿਤਾ, ਪਰ ਗੁਰੂ ਸਾਹਿਬ ਨੇ ਇਸ ਨੂੰ ਬਦਲ ਦਿੱਤਾ, ਨਵੀਂ ਇੱਕ ਕ੍ਰਾਂਤੀ ਲਿਆਂਦੀ, ਨਵੀਂ ਰੂਹ ਫੂਕੀ ਸਤਿਗੁਰਾਂ ਨੇ। ਉਹ ਸੀ ਖੰਡੇ ਬਾਟੇ ਦੀ ਦਾਤ, ਔਰ ਇਹ ਦਾਤ ਸਸਤੀ ਨਹੀਂ ਮਿਲੀ, ਦਾਤ ਸਸਤੀ ਨਹੀਂ ਮਿਲੀ, ਬੜੀ ਮਹਿੰਗੀ ਮਿਲੀ ਹੈ। ਸਤਿਗੁਰਾਂ ਨੇ ਆਖਿਆ ਜਾਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਫਿਰ ਪੰਜ ਨਿੱਤਰੇ ਉਸ ਗਲੀ ਦੇ ਵਿੱਚ, ਔਰ ਪੰਜਾਂ ਤੋਂ ਇਹ ਸਿੱਖ ਜਗਤ ਫੈਲ ਗਿਆ। ਅੱਜ ਅਸੀਂ ਸਤਿਗੁਰਾਂ ਨੇ ਜੋ ਉਹ ਮੁਬਾਰਕ ਦਿਨ ਬਖਸ਼ਿਆ, ਉਹ ਦਿਹਾੜਾ ਬਖਸ਼ਿਆ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਵਿਸਾਖੀ ਦਾ ਤਿਉਹਾਰ ਲੋਕ ਪਹਿਲਾਂ ਵੀ ਮਨਾਉਂਦੇ ਸੀ, ਰੁੱਤ ਦਾ ਤਿਉਹਾਰ ਸੀ, ਇਸੇ ਕਰਕੇ ਸਤਿਗੁਰਾਂ ਨੇ, ਕਿਉਂਕਿ ਤਿਉਹਾਰਾਂ 'ਤੇ ਲੋਕ ਇਕੱਠੇ ਹੁੰਦੇ ਸਨ ਮੇਲਿਆਂ 'ਤੇ, ਅਤੇ ਸਤਿਗੁਰਾਂ ਨੇ ਇਸ ਦਿਨ ਦੀ ਚੋਣ ਕੀਤੀ। ਔਰ ਸਿੱਖ ਇਤਿਹਾਸ ਅਲੱਗ ਅਲੱਗ ਖਿਆਲ ਦਿੰਦਾ ਹੈ, ਕੋਈ 40,000 ਦੀ ਗਿਣਤੀ ਦੱਸਦਾ ਹੈ, ਉਸ ਵਕਤ 40,000 ਦਾ ਆਉਣਾ ਵੀ ਬਹੁਤ ਵੱਡੀ ਗੱਲ ਸੀ, ਕਈ ਵਿਦਵਾਨ 80,000 ਦਾ ਇਕੱਠ ਵੀ ਦੱਸਦੇ ਹਨ। 40 ਹੋਵੇ ਜਾਂ 80 ਹੋਵੇ, ਇਸ ਦਾ ਮਤਲਬ ਬਹੁਤ ਭਾਰਾ ਇਕੱਠ ਹੋਇਆ, ਬਹੁਤ ਵੱਡਾ ਇਕੱਠ ਹੋਇਆ, ਕਿਉਂਕਿ ਉਦੋਂ ਇਸ ਤਰ੍ਹਾਂ ਦੇ ਸਾਧਨ ਤਾਂ ਹੈ ਨਹੀਂ ਸੀਗੇ। ਤਾਂ ਪਹਿਲਾਂ ਹੀ ਸਤਿਗੁਰਾਂ ਨੇ ਸੁਨੇਹੇ ਭੇਜੇ, ਸੁਨੇਹੇ ਸੁਣ ਕੇ ਸਤਿਗੁਰਾਂ ਦੇ ਪਿਆਰੇ ਸਿੱਖ ਇਕੱਠੇ ਹੋਏ, ਤਾਂ ਸਤਿਗੁਰਾਂ ਨੇ ਇੱਕ ਕੌਤਕ ਰਚਾਇਆ। ਉਸ ਕੌਤਕ ਨੂੰ ਅਸੀਂ ਹਰ ਸਾਲ ਸੁਣਦੇ ਹਾਂ, ਉਸ ਕੌਤਕ ਵਾਲੇ ਦਿਨ ਨੂੰ ਅਸੀਂ ਮਨਾਉਂਦੇ ਹਾਂ। ਸਤਿਗੁਰੂ ਬਖਸ਼ਿਸ਼ ਕਰੇ, ਸਾਹਿਬ ਸਾਡੀ ਝੋਲੀ ਦੇ ਵਿੱਚ ਖੰਡੇ ਬਾਟੇ ਦੀ ਦਾਤ ਪਾਵੇ, ਅੰਮ੍ਰਿਤ ਦੀ ਦਾਤ ਪਾਵੇ, ਸਾਡੀ ਇਹ ਜੀਵਨ ਯਾਤਰਾ ਜਿਹੜੀ ਸਫਲ ਹੋਵੇ। ਤਾਂ ਕੱਲ੍ਹ ਦਾ ਜੋ ਸਮਾਂ ਰਹੇਗਾ ਜੀ, ਸਵੇਰੇ ਵੀ ਹੈ ਔਰ ਸ਼ਾਮ ਨੂੰ ਵੀ ਹੈ, ਸਵੇਰੇ ਦੱਸ ਰਹੇ ਨੇ 10 ਵਜੇ ਕੀਰਤਨ ਕਰਨਾ ਹੈ, ਔਰ ਰਾਤ ਦਾ ਵੀ 10 ਵਜੇ ਦਾ ਟਾਈਮ ਹੈ। ਪਰ ਇਹ ਨਹੀਂ ਕਿ ਮੈਂ ਹੀ 10 ਵਜੇ ਕੀਰਤਨ ਕਰਨਾ, ਕੀਰਤਨ ਤੋਂ ਪਹਿਲਾਂ ਵੀ ਸ਼ੁਰੂ ਹੋ ਜਾਣਾ ਜੀ, ਸਵੇਰੇ ਹੋ ਜਾਣਾ ਸ਼ੁਰੂ ਔਰ ਰਾਤ ਤੱਕ ਚੱਲੇਗਾ। ਆਪ ਜੀ ਆਪ ਵੀ ਆਇਓ, ਹੋਰਨਾਂ ਨੂੰ ਵੀ ਪ੍ਰੇਰਨਾ ਦਿਓ,
ਉਹ ਜਪਣਾ ਅਤੇ ਜਪਾਉਣਾ ਇਹ ਵੀ ਇੱਕ ਬਹੁਤ ਵੱਡਾ ਪੁੰਨ ਹੈ। ਸਾਹਿਬ ਤਾਂ ਬੜੇ ਸਦਕੇ ਜਾਂਦੇ, ਕੁਰਬਾਨ ਜਾਂਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ। ਸੋ ਇਹ ਵੀ ਪਰਉਪਕਾਰ ਆਪਾਂ ਕਰਨਾ ਹੈ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸ ਦੇਈਏ ਜੀ। ਅਤੇ ਮੈਂ ਆਪ ਜੀ ਦੇ ਨਾਲ ਐਤਵਾਰ ਤੱਕ ਕਿਸੇ ਤਰ੍ਹਾਂ ਸੇਵਾ ਵਿੱਚ ਹਾਜ਼ਰ ਹਾਂ ਜੀ। ਆਇਓ ਮਿਲ ਬੈਠਾਂਗੇ, ਜੋ ਗੁਰੂ ਕਰਾਏਗਾ ਮਿਲ ਜੁਲ ਕੇ ਸਾਹਿਬ ਦੀ ਕੀਰਤੀ ਕਰਾਂਗੇ। ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਆਪ ਜੀ ਦਾਸਰਾਂ ਦੇ ਨਾਲ ਮਿਲ ਕੇ ਗਾਉਂਦੇ ਹੋ, ਔਰ ਇਹ ਸੰਗਤੀ ਕੀਰਤਨ ਹੋ ਗਿਆ ਅਤੇ ਸਤਿਗੁਰੂ ਦਾ ਦਰ 'ਤੇ ਸਾਡੀ ਸਭ ਦੀ ਹਾਜ਼ਰੀ ਸਾਹਿਬ ਪ੍ਰਵਾਨ ਕਰੇ ਜੀ। ਮਿਲ ਜੁਲ ਕੇ ਆਓ, ਆਨੰਦ ਸਾਹਿਬ ਦਾ ਜਾਪ ਕਰੀਏ। ਰਾਮ ਕਲੀ।